ਆਪਾਂ ਢੋਲ ਦੇ ਵਿੱਚੋਂ ਕਣਕ ਕੱਢਣੀ ਆ ਤੇ ਆ ਬਾਲਟੀ ਭਰ ਲੈਂਦੇ ਆ ਕਿਉਂਕਿ ਫਿਰ ਇਹ ਬਾਲਟੀ ਨਾਲ ਕਈ ਦਿਨ ਆਪਣੇ ਲੰਘ ਜਾਣਗੇ। ਪਹਿਲਾਂ ਆਪਾਂ ਯਾਰ ਕੜਾਹੀ ਭਰ ਲੈਂਦੇ ਆ ਕਿਉਂਕਿ ਜਿਹੜੀ ਆ ਬਾਲਟੀ ਆ ਨਾ ਇਹ ਏਦਾਂ ਥੱਲੇ ਨਹੀਂ ਲੱਗਣੀ ਯਾਰ, ਤੇ ਆ ਭਰ ਕੇ ਨਾਲ ਦੀ ਨਾਲ ਫਿਰ ਆਪਾਂ ਪਾਈ ਜਾਂਦੇ ਆ। ਤੇ ਆ ਵੀ ਯਾਰ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਆ ਤੇ ਇੰਨੀ ਕੁ ਕਣਕ ਯਾਰ ਆਪਾਂ ਕੱਢ ਲਈ, ਇੰਨੀ ਕੁ ਬਾਲਟੀ ਦੇ ਵਿੱਚ ਲਈ ਪਾ ਤੇ ਆਹ ਹੁਣ ਖਿੰਡੀ ਰਹਿ ਗਈ ਤੇ ਇਹਨੂੰ ਹੁਣ ਮਾਤਾ ਆਪਣੇ ਝਾੜੂ ਮਾਰੂ ਇਕੱਠੀ ਕਰੂ ਤੇ ਇਕੱਠੀ ਕਰਕੇ ਇੱਥੇ ਰੱਖ ਦੂ ਤੇ ਕੱਲ੍ਹ ਫਿਰ ਆਪਾਂ ਮੋਰਨਿੰਗ ਟਾਈਮ ਇੱਥੋਂ ਲੈ ਜਾਂਗੇ। ਭਾਰੀ ਬਹੁਤ ਆ, ਮੈਨੂੰ ਤਾਂ ਐਂ ਸੀ ਕਿਤੇ ਥੋੜ੍ਹੀ ਜਿਹੀ ਪੈਂਦੀ ਆ, ਖਾਸੀ ਪੈ ਜਾਂਦੀ ਆ, ਇੰਨੀ ਕੱਢ ਲਈ। ਤੇ ਯਾਰ ਕਣਕ ਆਪਾਂ ਲਈ ਕੱਢ ਤੇ ਹੁਣ ਜਿਹੜੀ ਯਾਰ ਮੇਨ ਗੱਲ ਆਪਣੀ ਬਾਲਟੀ ਉੱਧਰ ਪਈ ਆ ਉਹ, ਤੇ ਹੁਣ ਉਹਨੂੰ ਮੈਂ ਬਾਲਟੀ ਨੂੰ ਲੈ ਕੇ ਆਉਣਾ ਆਪਣੇ ਇੱਧਰ ਕਿਉਂਕਿ ਫਿਰ ਕਣਕ ਆਪਾਂ ਇੱਧਰੋਂ ਉਹਦੇ ਵਿੱਚ ਪਾ ਕੇ ਫਿਰ ਆਪਾਂ ਉੱਧਰ ਨੂੰ ਲੈ ਕੇ ਚੱਲਾਂਗੇ ਯਾਰ। ਤੇ ਹੁਣ ਮੈਂ ਜਾਂਦਾ ਭੱਜ ਕੇ ਉੱਧਰੋਂ ਬਾਲਟੀ ਚੱਕ ਕੇ ਲੈ ਕੇ ਆਉਣਾ। ਆ ਜਾਲੀ ਉਰੇ ਕਿਵੇਂ ਆ ਗਈ, ਗਿਰ ਗਈ ਯਾਰ। ਤੇ ਆ ਬਾਲਟੀ ਆਪਾਂ ਲੈ ਜਾਈਏ ਉੱਧਰ ਯਾਰ, ਤੇ ਆ ਕੇ ਫਿਰ ਆਪਣੇ ਮੁਰਗੇ ਕਬੂਤਰਾਂ ਦੀ ਤੇ ਜੋ ਇਹਨਾਂ ਨੂੰ ਆਪਾਂ ਦਾਣਾ ਵਗੈਰਾ ਪਾਉਣਾ ਤੇ ਉਹ ਪਾਉਂਦੇ ਹਾਂ ਤੇ ਮੁਰਗਿਆਂ ਨੂੰ ਆਪਾਂ ਆ ਕੇ ਖੋਲਦੇ ਹਾਂ ਯਾਰ। ਤੇ ਯਾਰ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਖੁਰਾਕ ਆ ਨਾ, ਤੇ ਜੇ ਖੁਰਾਕ ਨਹੀਂ ਹੋਊਗੀ ਮੁਰਗਿਆਂ ਦੇ ਕਬੂਤਰਾਂ ਨੂੰ ਫਿਰ ਇਹ ਤਾਂ ਯਾਰ ਗੱਲ ਨਹੀਂ ਬਣਨੀ ਨਾ ਜੇ ਉਹਨਾਂ ਢਿੱਡ ਨਹੀਂ ਭਰੂਗਾ। ਤਾਂ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਕਣਕੇ ਲੈ ਕੇ ਆਉਂਦੇ ਹਾਂ ਇੱਧਰ ਤੇ ਉਸ ਤੋਂ ਬਾਅਦ ਆਪਾਂ ਮੁਰਗੇ ਦੇ ਕਬੂਤਰ ਤਾਂ ਖੋਲਦੇ ਹਾਂ ਤੇ ਬਾਲਟੀ ਮੈਂ ਚੱਕ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਉੱਧਰ। ਤੇ ਆ ਬਾਲਟੀ ਹੁਣ ਆਪਾਂ ਰੱਖਦੇ ਹਾਂ ਉਰੇ, ਇਹਦੇ ਵਿੱਚ ਪਾਉਂਦੇ ਹਾਂ ਕਣਕ ਕਰ ਲਈ ਤੇ ਬਾਲਟੀ ਕਰ ਲਈ ਆਪਾਂ ਬਿਲਕੁਲ ਐਨ ਫੁੱਲ। ਹੁਣ ਆਪਾਂ ਲਾ ਦਿੰਦੇ ਹਾਂ ਇਹਦਾ ਢੱਕਣ ਤੇ ਇਹਨੂੰ ਆਪਾਂ ਰੱਖ ਦਿੰਦੇ ਹਾਂ ਤੇ ਆ ਉੱਪਰ ਇਹਦੇ ਢੱਕ ਦਿੰਦੇ ਹਾਂ ਯਾਰ ਇਹਨੂੰ ਕਿਉਂਕਿ ਢੱਕੀ ਚੰਗੀ ਰਹਿੰਦੀ ਆ। ਯਾਰ ਆ ਕਬੂਤਰੀ ਨੇ ਦੇਖ ਲਈਏ ਵੀ ਦੂਜਾ ਅੰਡਾ ਦੇ ਤਾ ਜਾਂ ਹਾਲੇ ਇੱਕੇ ਆ ਯਾਰ। ਬਸ ਉੱਤੇ ਬਸ ਓਹੋ, ਤੇ ਅੰਡੇ ਯਾਰ ਦੋਨੋਂ ਦੇਤੇ ਕਬੂਤਰੀ ਨੇ ਆਪਣੀ ਨੇ। ਤੇ ਇਹ ਯਾਰ ਆਪਾਂ ਅੰਡਿਆਂ ਨੂੰ ਇੱਦਾਂ ਕਰਦੇ ਆ ਕਿਉਂਕਿ ਯਾਰ ਜਿਹੜੇ ਇਹ ਦੋਨੋਂ ਅੰਡੇ ਨੇ ਇਹ ਅੰਡੇ ਪਹਿਲਾਂ ਵਾਲੇ ਕਬੂਤਰ ਦੇ ਆ ਯਾਰ, ਇਸ ਕਬੂਤਰ ਦੇ ਨਹੀਂ ਹੈਗੇ ਯਾਰ ਹਨਾ। ਕਦੋਂ ਯਾਰ ਇਹਨਾਂ ਦਾ ਪੇਅਰ ਪਿਆ ਤੇ ਕਦੋਂ ਹੀ ਫੀਮੇਲ ਨੇ ਅੰਡੇ ਵੀ ਦਿੱਤੇ, ਇੰਨੀ ਜਲਦੀ ਯਾਰ ਇਹ ਸਭ ਕੁਝ ਥੋੜ੍ਹੀ ਹੋ ਸਕਦਾ। ਤੇ ਹਲੇ ਤਾਂ ਤਕਰੀਬਨ 4 ਦਿਨ ਹੋਏ ਸੀ ਨਾ, ਤੇ ਹੁਣ ਆਪਾਂ ਇੱਦਾਂ ਕਰਦੇ ਹਾਂ ਜਿਹੜੇ ਇਹ ਅੰਡੇ ਆ ਇਹ ਅੰਡਿਆਂ ਨੂੰ ਆਪਾਂ ਯਾਰ ਸਿੱਟ ਦਿੰਦੇ ਹਾਂ ਕਿਉਂਕਿ ਹਲੇ ਇਹਨਾਂ ਵਿੱਚ ਤਕਰੀਬਨ ਬੱਚੇ ਨਹੀਂ ਬਣੇ। ਜੇ ਇਹਨਾਂ ਵਿੱਚ ਬਾਈ ਚਾਂਸ ਬੱਚੇ ਬਣੇ ਹੁੰਦੇ ਫਿਰ ਆਪਾਂ ਨਹੀਂ ਸੀ ਸਿੱਟਣੇ। ਤੇ ਹੁਣ ਜਦੋਂ ਉਹ ਕਬੂਤਰੀ ਦਾ ਉਹ ਕਬੂਤਰ ਨਾਲ ਪੇਅਰ ਤੇ ਦੋਨੋਂ ਮੇਲ ਔਰ ਫੀਮੇਲ ਦੋਨੋਂ ਆਪਸ ਦੇ ਵਿੱਚ ਅਟੈਚ ਨੇ, ਤੇ ਹੁਣ ਜਿਹੜੇ ਆਪਣੇ ਆ ਇਹਨਾਂ ਦੇ ਅੰਡੇ ਆਉਣਗੇ ਫਿਰ ਉਹ ਅੰਡੇ ਦੇ ਜੋ ਬੱਚੇ ਹੋਣਗੇ ਫਿਰ ਉਹਨਾਂ ਦੀ ਆਪਾਂ ਦੇਖ ਰੇਖ ਕਰਾਂਗੇ। ਤੇ ਇਹ ਅੰਡੇ ਆਪਣੇ ਕਿਸੇ ਵੀ ਕੰਮ ਦੇ ਨਹੀਂ ਹੈ, ਇਹਨਾਂ ਨੂੰ ਆਪਾਂ ਸਿੱਟ ਦਿੰਦੇ ਹਾਂ ਯਾਰ। ਵੈਸੇ ਇੱਦਾਂ ਮੈਨੂੰ ਸਿੱਟਣੇ ਬਹੁਤ ਔਖੇ ਲੱਗਦੇ ਆ ਨਾ ਕਿਉਂਕਿ ਉਹਨੇ ਵਿਚਾਰੀ ਨੇ ਅੰਡੇ ਦਿੱਤੇ ਤੇ ਆਪਾਂ ਚੁੱਪ ਕਰਕੇ ਸਿੱਟ ਦੇਣੇ ਆ ਨਾ। ਹੋਰ ਯਾਰ ਆਪਾਂ ਕਰ ਵੀ ਕੀ ਸਕਦੇ ਹਾਂ, ਤੁਸੀਂ ਉਹ ਕਮੈਂਟ ਕਰਦੇ ਹੋ ਵੀ ਬਾਈ ਇਹ ਅੰਡੇ ਸਿੱਟ ਦੇ ਕਿਉਂਕਿ ਜੇ ਆਪਾਂ ਇਹ ਅੰਡੇ ਸਿੱਟਾਂਗੇ ਨਾ ਤਾਂ ਉਸ ਤੋਂ ਬਾਅਦ ਤਕਰੀਬਨ ਤੁਸੀਂ ਕਹਿੰਦੇ ਹੋ ਵੀ ਬਾਈ 5-7 ਦਿਨ ਬਾਅਦ ਇਹ ਕਬੂਤਰੀ ਨੇ ਇਹ ਫੀਮੇਲ ਨੇ ਦੁਬਾਰਾ ਅੰਡੇ ਦੇ ਦੇਣੇ ਆ। ਕੋਈ ਵੀ ਆਪਣੇ ਮੁਰਗਾ ਵਗੈਰਾ ਖਾ ਸਕਦਾ, ਫਿਰ ਇੱਕ ਵਾਰ ਮੁਰਗੇ ਦੇ ਮੂੰਹ ਨੂੰ ਅੰਡਾ ਲੱਗ ਗਿਆ ਨਾ ਤਾਂ ਉਹ ਫਿਰ ਆਪਦੇ ਵੀ ਅੰਡੇ ਖਾਣ ਲੱਗ ਜੂਗਾ। ਇਸ ਕਰਕੇ ਇਹਨੂੰ ਆਪਾਂ ਕੋਠੇ 'ਤੇ ਸਿੱਟ ਦਿੰਦੇ ਹਾਂ ਯਾਰ। ਗਏ ਯਾਰ, ਤੇ ਦੋਨੋਂ ਅੰਡੇ ਕੋਠੇ ਦੇ ਉੱਪਰ ਗਏ ਯਾਰ। ਜੋ ਆਹ ਬੱਚਾ ਨਾ, ਆਹ ਬੱਚਾ ਉਦਾਂ ਦਾ ਜੋ ਇਹਦੀ ਅੱਖ ਆ ਅੱਗੇ ਨਾਲੋਂ ਕਾਫੀ ਫਰਕ ਪੈ ਗਿਆ ਤੇ ਅੱਖ ਦਾ ਤਕਰੀਬਨ ਇਹਦੀ ਹੋ ਗਈ ਠੀਕ, ਤੇ ਇੱਦਾਂ ਯਾਰ ਸੁਸਤ ਜਿਹਾ ਹੋ ਕੇ ਬੈਠਾ ਰਹਿੰਦਾ ਇਹ ਪਤਾ ਨਹੀਂ ਕਿਉਂ। ਤੇ ਯਾਰ ਦੇਖਦੇ ਇਹਨੂੰ, ਤੇ ਉਦਾਂ ਜਦੋਂ ਮੈਂ ਹੱਥ ਲਾਉਂਦਾ ਨਾ ਤਾਂ ਉਦਾਂ ਪੂਰਾ ਕਲੈਵਰ ਆ ਚੁਸਤਾ ਯਾਰ, ਪਰ ਉਦਾਂ ਜਦੋਂ ਬਹਿੰਦਾ ਤਾਂ ਉਦਾਂ ਬਾਹਲਾ ਸੁਸਤ ਜਿਹਾ ਹੋ ਕੇ ਬਹਿ ਜਾਂਦਾ ਇਹ ਪਤਾ ਨਹੀਂ ਯਾਰ ਕਿਉਂ। ਜਿੱਦਾਂ ਆਹ ਬੱਚਾ, ਇਹ ਬੱਚਾ ਪੂਰਾ ਹਨਾ ਜਦੋਂ ਵੀ ਬਹਿੰਦਾ ਪੂਰਾ ਐਕਟਿਵ ਹੋ ਕੇ ਬਹਿੰਦਾ, ਤੇ ਆ ਯਾਰ ਐਕਟਿਵ ਹੋ ਕੇ ਨਹੀਂ ਬਹਿੰਦਾ। ਤੇ ਆ ਦੇਖੋ ਯਾਰ ਜੋ ਇਹਨਾਂ ਦਾ ਪੇਅਰ ਆ, ਪੇਅਰ ਦਾ ਤਕਰੀਬਨ ਪ੍ਰੋਪਰ ਪਿਆ ਹੋਇਆ ਕਿਉਂਕਿ ਮੇਲ ਵੀ ਆਪਣੇ ਖਾਨੇ ਦੇ ਵਿੱਚ ਬੈਠਾ, ਫੀਮੇਲ ਵੀ ਖਾਨੇ ਦੇ ਵਿੱਚ ਬੈਠੀ ਆ। ਯਾਰ ਇੱਥੋਂ ਮੈਂ ਇੱਟ ਦੇਖਣ ਆਇਆ ਜੋ ਆਪਣੇ ਕਬੂਤਰਾਂ ਨੂੰ ਕੁੱਟ ਕੇ ਪਾਉਂਦੇ ਹੁੰਦੇ ਆ ਨਾ, ਤੇ ਉਹ ਸਲਾਬੀ ਜੀ ਇੱਟ ਦੇਖਣ ਆਇਆ ਜੇ ਰੋਜ਼ ਯਾਰ ਕੋਈ ਮਿਲ ਜੇ ਹਨਾ। ਆਹ ਠੀਕ ਆ, ਤੇ ਆਹ ਇੱਟ ਸਹੀ ਆ, ਤੇ ਆਹ ਆਪਾਂ ਲੈ ਚੱਲਦੇ ਹਾਂ ਤੇ ਉਹਨਾਂ ਨੂੰ ਆਪਾਂ ਕੁੱਟ ਕੇ ਪਾਉਂਦੇ ਹਾਂ ਯਾਰ। ਤੇ ਯਾਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅੱਜ ਬਹੁਤ ਵੱਡੀ ਖੁਸ਼ਖਬਰੀ ਵਾਲੀ ਗੱਲ ਦੱਸਦਾ, ਉਹ ਖੁਸ਼ਖਬਰੀ ਮੇਰੇ ਹੱਥ ਦੇ ਵਿੱਚ ਆ। ਆਜੋ ਨਾਲੇ ਮੈਂ ਤੁਹਾਨੂੰ ਦੱਸਦਾ, ਨਾਲੇ ਮੈਂ ਆਪਣੇ ਕਬੂਤਰਾਂ ਨੂੰ ਤੇ ਨਾਲੇ ਮੈਂ ਆਪਣੇ ਸਾਰੇ ਮੁਰਗਿਆਂ ਨੂੰ ਸਾਰਿਆਂ ਨੂੰ ਦੱਸਣੀ ਚਾਹੁੰਦਾ ਯਾਰ ਇਹ ਗੱਲ। ਆਜੋ ਤੇ ਹਾਂਜੀ ਯਾਰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਮੈਂ ਬਹੁਤ ਖੁਸ਼ ਹਾਂ, ਪਰ ਮੈਂ ਖੁਸ਼ ਕਿਹਦੇ ਕਰਕੇ ਹਾਂ? ਇਹ ਮੈਂ ਖੁਸ਼ ਤੁਹਾਡੇ ਕਰਕੇ ਹਾਂ ਯਾਰ, ਇੱਕ ਤੁਹਾਡੇ ਕਰਕੇ ਤੇ ਇੱਕ ਸਾਰੇ ਆਪਣੇ ਜਾਨਵਰਾਂ ਕਰਕੇ। ਤੇ ਮੈਂ ਇਹਨਾਂ ਕਰਕੇ ਖੁਸ਼ ਹਾਂ ਤੇ ਇੱਕ ਤੁਹਾਡੇ ਕਰਕੇ ਖੁਸ਼ ਹਾਂ, ਤੇ ਕਿਉਂਕਿ ਜੋ ਅੱਜ ਆਪਣਾ ਗੂਗਲ ਐਡਸੈਂਸ ਪਿੰਨ ਸੀ ਨਾ,
गूगल एडसेंस वालों अपना पिन आ गया जी। ठीक है, तो ये मैं यार वेट काफ़ी टाइम तो कर रहा है भी ये कदों आऊगा। तो ये पिन आप दो बार यार है ना वेरीफिकेशन सी जो यदि वो आप करवाती सी पर अपना नहीं सी आया, पर हूँ तीजी बार वेरीफिकेशन जो करवाई तो तीजी बार च आया यार। पर जो भी पिन आया ये थोड़े करके आया, मैं थोड़ा सारे का यार बहुत बहुत धन्यवाद कर रहा हूँ। धन्यवाद थोड़ा पता फिर मैं कितों कर रहा हूँ, धन्यवाद यार मैं दिलों कर रहा। तो लव जो ही थोड़ा सारे यार अन्ने वा क्योंकि जो ये पिन है ना तो अग जो अगला स्टैप होगा जिन्ना चर पिन नहीं सी होना उन्ना चर कोई भी आप अगला स्टैप नहीं सी कर सकते यार। तो अरमान जो यार आ रहे हैं ना इन्हों पर रख दें तो मुर्गियों भी दिखा दिए ना आ देख लो भी आ देखो देखो कि देखते देख ना देखो 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 तुम भी देखो भाई आ लो देखो सारे ये थोड़े करके आया देख लो चल तो हूँ इन आप रख दें ये साम के रख दें इतने ठीक है ना और कुछ नहीं होगा इतने पिया तो आप कपड़ा रखता यार आ जो ने ना ते ए यार दोनों मेनू मेल लग रहे हैं ते मैं तो ये सोच रहा भी अरमान इन्हों आप यार बाहर छड़ दें क्योंकि ये जाल की अपन लोड़ हले काफ़ी आ ते फिर ये आप इदा करा करा ना भी ये फिर आप जाल के अपने जो कबूतर के बच्चे है यार उन्होंने फिर उही है ना धुप लग जा करूगी। ये मैनू दोनों मेल ही लगते हैं यार इन्होंने मैं कोई भी फीमेल नहीं लगती छड़ दा अरमान छड़ दा तू दस बोल के दस छड़ मेनू लगता भी जो बाई ने जो दिते ना अपा थोड़ा गलत गाइड करता यार ते इस करके इन्हों आप कट दें बहर छड़ दा छड़ दा इन्हों यार मैं छड़न लगी हाँ तो आपकी मस्ती करे इंजॉय करे चाल दे क्योंकि खुश नहीं सी अख देख फर्क है ना तो यार हौली हौली है ना ये बच्चे की अख दे फर्क पै जूगा ये हम इन्हों यार डेली है ना धुप लवाया करा ठीक है मैं चल जी हूँ जिन्ना क टाइम धुप हैगी जिन्ना चिर हैगी धुप इन्हों लग जूगी ठीक है धुप तो यार है नहीं परे रख दें उधर ना किधर उधर किधर आप बहने हां ना ओ परे खुला रहने कोई ना आ जा हले जे गेट लाना मैं भुल जाना पर अरमान गेट लाना नहीं भुलता जदों भी इन्हें बहर आना तो गेट हमेशा ला के बहर आना अच्छा इधर हाँ इधर रख लेंगे ना इधर तो समार के ला दियो क्योंकि यार असि आप बच्चे बहर कड़े सो तो बैग ली गई कानू कर देंगे फिर इदा कर देना यार हूँ इन्हों इदा करा कलू इन्हों जाल दे विच पा के ना मॉर्निंग टाइम सर्जरी उधर लै जाएंगे तो उधर फिर घरे रख रख देंगे इन्हों जो धुप होगी लवा देंगे तो हूँ जो मैं इधर आया तो इधर यार तकरीबन धुप है जरूर आ पर थोड़ी थोड़ी है घट आ इस करके हूँ इन्हों आप अंदर ही लै चलते हैं ठीक है अरमान खुले छड़ दो अज आजाद आजाद चल बिठा दो दस भी मिनट अद्धा घंटा अरमान ने जाके आना शॉप ते जा भज्ज आया फिर आ जी फिर जल्दी ठीक है हाँ ते यार जानू अपने मुर्गे ने आप मुर्गे दिने खोल ते आ एक जेड़ा अंडा अज आप अरमान के नू देना चलो चलो भी चलो आ वाला अंडा अरमान नू देना यार ते हुण यार जो अंडे का साइज है ना ते अगे नालों काफ़ी बड़ा हो गया ते पहला तो जो साइज हुंदा सी अंडे का छोटा जिहा हुंदा सी अरमान हैरानी वाली गल आ यार पहला मैनू कहिंदा दुकान ते जाना हुण कहिंदा बस मेरा सर गया हुण कहिंदा सर गया जो यदी सिस्टर है सिस्टर कहती भी मैं जाया नहीं है भी चल कोई गल नहीं तू रहन दे आ जा अरमान ते यार अपने मुर्गे कबूतर सारे अपने बिल्कुल सही है ते यार जो अपनी आ फीमेल है ना ते जो आप फड़ी सी मैं जो एज आ थोड़ी ज्यादा लगती है ना अरमान अरमान भेजता आप यार उधर मुर्गियों कोई भी मुर्गियों को नहीं है फिर आप रूड़ी कुट लें अरमान खड़ जी उ ठीक है बस मैं आ गया पांच चार मिनट यार आप चक्के लेके आता
ਦੀਦੀ ਹੁਣ ਆਪਾਂ ਕੁੱਟ ਦੀ ਰੋੜੀ ਇੱਥੇ ਰੋੜੀ ਯਾਰ ਤਕਰੀਬਨ ਥੋੜੀ ਥੋੜੀ ਰਹਿ ਗਈ ਖਤਮ ਹੋ ਗਈ ਸੀ ते यार मैं थोनू अरमान के बकरे दिखाना अज तक मैं थोनू कदे भी अरमान के बकरे नहीं है सॉरी बकरियां ने ते मैं थोनू अज तक कदे भी नहीं दिखाई मैं थोनू हुण दिखाउना यार ते आ देखो ये अरमान की बकरी आ ते आ भी बकरी आ ते ये उहदे दो बच्चे ते यार गेट आ खुलदा पता इत्थे ही खुलदा ना ये जो बच्चे आ ये इसे बकरी दे बच्चे आ यार ते बच्चे देखो किन्ने सोहणे आ यार ये डरदे भी नहीं जमे देखो यार कलर देखो इन्हां दा किन्ना प्यारा कलर आ देखो ते इन्नी जगह इन्हां कोल सारी इन्नी जगह बस सारा दिन खुले रहिंदे आ इत्थे आपदी जो जिंदगी इंजॉय करदे आ आपदी मस्ती करदे आ ते आपदे नज़ारे लैंदे आ यार पूरे मार दी तां नहीं इह जिहदे बच्चिआं नूं छेड़ूं ओए ते यार मैं हुण इत्थों पट्टण लग्गिआ सी अपने मूली ते मूली देख रहे यार इह अपनी बाड़ी आ घरे आ जो ते इत्थे आ पालक इत्थे मेथे ते इत्थे ओह मेथी इत्थे धनिया ते इत्थे मटर लाने ते हुण यार मूली पट्टण लग्गिआ सी मैं ते यार मैं घरे गया सी पहुँच ते अपना जो भी काम सीगा आपां मुर्गिआं नूं उधर ते कबूतरां नूं दाणे वगैरह पाया ते मूलियां भी लईआं दो तोड़ ते घर दी सब्जी दा आपां नूं इह फायदा हुंदा ते वीडियो दा आपां इत्थे एंड कर दिंदे आं यार अपनी वीडियो नूं लाइक शेयर ते अपने चैनल नूं यार जरूर सबसक्राइब करिओ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦਾ ਜੋ ਨੋਟੀਫਿਕੇਸ਼ਨ ਮਿਲ ਜਾ ਕਰੇ ਅਤੇ ਤੁਸੀਂ ਆਪਣੀ ਵੀਡੀਓ ਨੂੰ ਦੇਖ ਸਕੋ ਅੱਜ ਸ਼ਾਮ ਹੋ ਗਈ ਕਾਫੀ ਹਨੇਰਾ ਹੋ ਗਿਆ ਅਤੇ ਚਲੋ ਓਕੇ ਬਾਏ ਲਵ ਜੂਏ ਤੁਹਾਨੂੰ ਸਾਰਿਆਂ ਨੂੰ ਅੰਨੇ ਬਾਏ ਆ।